ਅਸਿਕਾਲ ਜੀ ਮੈਂ ਧਰਮਿੰਦਰ ਸਿੰਘ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਸੰਯੁਕਤ ਮੋਰਚੇ ਦੇ ਆਗੂ ਅੱਜ ਜਿਹੜਾ ਹਿਮਾਚਲ ਦੇ ਵਿੱਚ ਕਿਸਾਨਾਂ ਵੱਲੋਂ ਬੜਾ ਜਿਹੜਾ ਗੁੱਸਾ ਜਿਹੜਾ ਦਿਖਾਇਆ ਗਿਆ ਕਿਉਂਕਿ ਹਿਮਾਚਲ ਦੇ ਵਿੱਚ ਜਿੰਨੇ ਵੀ ਝੋਨੇ ਦੀ ਜਿਹੜੀ ਹੈ ਉਹ ਖਰੀਦ ਉਹ ਪੂਰਨ ਤੌਰ ਤੇ ਬੰਦ ਸੀ ਕਿਸੇ ਪ੍ਰਕਾਰ ਦੀ ਕੋਈ ਮੰਡੀ ਦਾ ਪ੍ਰਬੰਧ ਨਹੀਂ APMC ਦਾ ਪ੍ਰਬੰਧ ਨਹੀਂ ਤੇ ਹਿਮਾਚਲ ਦਾ ਅੰਦੋਰਾ ਫਤਿਹਪੁਰ ਰਿਆੜੀ ਸਾਰੇ ਖੇਤਰ 'ਚ ਜਿੰਨੀ ਵੀ ਝੋਨਾ ਤਿਆਰ ਹੋ ਰਿਹਾ ਹੈ ਉਸ ਝੋਨੇ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ SDM ਅੰਦੋਰਾ ਦਾ ਜਿਹੜਾ ਹੈ ਘਰਾਬ ਕੀਤਾ ਗਿਆ ਦੋ ਤਿੰਨ ਘੰਟੇ ਜਿਹੜਾ ਹੈ ਸੰਯੁਕਤ ਮੋਰਚੇ ਵੱਲੋਂ ਜਿਹੜਾ ਹੈ SDM ਅੰਦੋਰਾ ਦੇ ਗੇਟ ਦੇ ਬਾਹਰ ਲਗਾਤਾਰ ਪੱਕਾ ਜਿਹੜਾ ਧਰਨਾ ਲੱਗਿਆ ਉਹਦੇ ਤੋਂ ਬਾਅਦ ਕਿਸੇ ਪ੍ਰਕਾਰ ਦਾ ਜਿਹੜਾ ਹੱਲ ਨਹੀਂ ਹੋਇਆ ਤੇ ਇੱਕ ਘੰਟੇ ਦਾ ਜਿਹੜਾ ਹੈ ਪੱਕਾ ਜਾਮ ਅੰਦੋਰੇ ਦੀ ਮੇਨ ਸੜਕ ਤੇ ਲੱਗਾ ਜਿਹਦੇ ਨਾਲ SDM ਅੰਦੋਰਾ ਨੇ ਲਿਖਤ 'ਚ ਕਿਸਾਨਾਂ ਨੂੰ ਇਹ ਯਕੀਨ ਦਿੱਤਾ ਵੀ 15 ਤਰੀਕ ਨੂੰ ਤਿਉੜਿਆਂ ਦੇ ਮੰਡੀ ਦੇ ਵਿੱਚ ਇੱਕ ਮੰਡੀ ਖੋਲ੍ਹੀ ਜਾਏਗੀ ਜਿਸ 'ਚ ਜਿਹੜੀ ਹੈ ਖਰੀਦ FCI ਕਰੇਗੀ ਤੇ ਕਿਸਾਨਾਂ ਨੇ ਇਹ ਗੱਲ ਨੂੰ ਦੇਖ ਕੇ ਧਰਨਾ ਖੋਲ੍ਹਿਆ ਅਤੇ ਨਾਲ ਹੀ ਅਗਲੀ ਗੱਲ ਕਹੀ ਹੈ ਵੀ ਸਾਡੇ ਝੋਨੇ ਦੇ ਇੱਕ ਇੱਕ ਦਾਣੇ ਦੀ ਜਿਹੜੀ ਖਰੀਦ ਹੈ ਉਹ FCI ਕਰੇ ਹਿਮਾਚਲ ਸਰਕਾਰ ਕਰੇ ਇਹ ਤੁਹਾਡੇ ਨਾਲ ਇਹਨਾਂ ਤਸਵੀਰਾਂ ਨਾਲ ਅਸੀਂ ਗੱਲ ਦੱਸ ਕੇ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਜਿੱਥੇ ਭਾਰਤ ਦੀ ਸਰਕਾਰ ਇਹ ਕਹਿ ਰਹੀ ਹੈ ਵੀ ਕਿਤੇ ਵੀ ਜਾ ਕੇ ਕਿਸਾਨ ਆਪਣੀ ਫਸਲ ਵੇਚ ਸਕਦਾ ਇਹ ਸਾਡੇ ਪੰਜਾਬ ਦੇ ਨਾਲ ਲੱਗਦਾ ਹਰਿਆਣਾ ਹੈ ਜਿੱਥੇ ਕੋਈ ਵੀ ਮੰਡੀ ਦਾ ਪ੍ਰਬੰਧ ਨਹੀਂ ਕਿਸੇ ਪ੍ਰਕਾਰ ਦੀ APMC ਨਹੀਂ ਹਿਮਾਚਲ ਤੇ ਇੱਥੇ ਵੀ ਲੋਕ ਲਗਾਤਾਰ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ ਜਿਹੜੀ ਹੈ ਘੋਲ ਦੇ ਵਿੱਚ ਕੁੱਦੇ ਹੈ ਤੇ ਅੱਜ ਇਹਨਾਂ ਨੇ ਪਹਿਲੇ ਮੋਰਚਾ ਲਾ ਕੇ ਆਪਣੀ ਇੱਕ ਮੰਡੀ ਖਲਾਣ ਦਾ ਜਿਹੜਾ ਹੈ ਉਹ ਜਿੱਤ ਪ੍ਰਾਪਤ ਕੀਤੀ ਹੈ ਤੇ ਇਹਨਾਂ ਨੇ ਅਹਿਦ ਵੀ ਕੀਤਾ ਵੀ ਆਪਣੇ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਮੰਡੀਆਂ ਖਲਾ ਕੇ ਹਰ ਇੱਕ ਕਿਸਾਨ ਦੀ ਜਿਹੜੀ ਫਸਲ ਹੈ ਉਹ ਹਰ ਹਾਲਤ ਦੇ ਵਿੱਚ ਬਕਾਵਾਂਗੇ ਜੇ ਨਹੀਂ ਖਰੀਦੇਗੀ ਸਰਕਾਰ ਤੇ ਇਹਨਾਂ SDM ਇਹਨਾਂ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਬਾਹਰ ਸਾਰਾ ਝੋਨਾ ਲਿਆ ਕੇ ਜਿਹੜਾ ਹੈ ਉਹ ਰੱਖਾਂਗੇ ਇਹ ਜਿਹੜੀ ਗੱਲਬਾਤ ਤੁਹਾਡੇ ਨਾਲ ਅੰਦੋਰੇ ਤੋਂ ਅਸੀਂ ਸਾਂਝਾ ਕਰ ਰਹੇ ਹਾਂ ਵੀ ਜਿਹਦੇ ਹਿਮਾਚਲ ਦੇ ਵਿੱਚ ਲਗਾਤਾਰ ਕਿਸਾਨ ਗੁੱਸੇ ਦੇ ਵਿੱਚ ਜਿਹੜੇ ਹੁਣ ਪ੍ਰਸ਼ਾਸਨ ਦੇ ਜਿਹੜੇ ਹੈ ਉਹਨਾਂ ਦੇ ਮਗਰ ਲੱਗੇ ਹੋਏ ਆ ਵੀ ਸਾਡੇ ਜਿਹੜੀ ਹੈ ਧਾਨ ਦੀ ਖਰੀਦ ਕੀਤੀ ਜਾਵੇ ਧਾਨ ਦੀ ਖਰੀਦ ਦੇ ਲਈ ਮੰਡੀਆਂ ਦਾ ਪ੍ਰਬੰਧ ਕੀਤਾ ਜਾਵੇ ਧੰਨਵਾਦ ਜੀ।